ਅਸਲਾਮ ਵਾਲੇਕੁਮ ਜੀ, ਤੁਸੀਂ ਦੇਖ ਰਹੇ ਪੰਜਾਬੀ ਚੈਨਲ। ਤੁਹਾਡੇ ਸਾਰਿਆਂ ਦਾ ਲਾਈਕ ਮੈਂ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। ਅਗਰ ਹਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਵੋ। ਲਓ ਜੀ, ਅੱਜ ਮੈਂ ਤੁਹਾਨੂੰ ਗੱਲ ਦੱਸਣ ਜਾ ਰਿਹਾ ਕਿ ਜੋ ਹਾਲਾਤ ਹੋਏ ਪਏ ਨੇ ਕੰਪਨੀ ਸਰਕਾਰ ਦੇ, ਹਾਲਾਤ ਤਾਂ ਵੈਸੇ ਬਹੁਤ ਬੁਰੇ ਨੇ, ਤੁਹਾਨੂੰ ਪਤਾ ਲੱਗ ਰਿਹਾ ਹੋਣਾ ਸਾਰਾ, ਜਿਵੇਂ ਕਿ ਹਰ ਬੰਦਾ ਥੂ ਥੂ ਆਖ ਥੂ ਤਾਂ ਕਰ ਹੀ ਰਿਹਾ। ਹਾਂ, ਲੇਕਿਨ ਮੈਂ ਤੁਹਾਨੂੰ ਗੱਲ ਸੁਣਾਉਣ ਲੱਗਾ ਵਾਂ ਜਿਹਦੇ ਨਾਲ ਤੁਹਾਨੂੰ ਸਹੀ ਸਮਝ ਆਏਗੀ ਕਿ ਵੀ ਹੁਣ ਕੀ ਹੋ ਰਿਹਾ ਅਤੇ ਅੱਗੇ ਕੀ ਹੋਣ ਵਾਲਾ। ਲਓ ਜੀ, ਪੁਰਾਣੇ ਵਿਅਕਤੀਆਂ ਦੀ ਗੱਲ ਹੈ, ਸ਼ਾਇਦ ਹਜੇ ਵੀ ਹੁੰਦਾ ਹੋਏ ਕਿ ਬੁੱਢੇ ਬਜ਼ੁਰਗ ਜਿਹੜੇ ਸੀ ਉਹ ਗਲੀ ਮਹੱਲਿਆਂ ਦੇ ਵਿੱਚ ਨਾ ਬਾਹਰ ਗਲੀ 'ਚ ਮੰਜਾ ਲਾ ਲੈਂਦੇ ਸੀ ਆਪਣਾ, ਗੋਲ ਤਕੀਆ ਲਾ ਕੇ, ਹਾਂਜੀ, ਅਤੇ ਆਪਣਾ ਹੁੱਕਾ ਨਾਲ ਰੱਖ ਕੇ, ਤਾਂ ਸਾਰੀ ਦਿਹਾੜੀ ਉਹਨਾਂ ਨੇ ਮੰਜੇ 'ਤੇ ਆ ਮੰਜਾ ਉਹ ਇੱਧਰ ਉੱਧਰ ਕਰਦੇ ਰਹਿੰਦੇ, ਜਿੱਥੇ ਛਾਂ ਆਈ ਮੰਜਾ ਘਸੀਟ ਕੇ ਉੱਥੇ ਕਰ ਲਿਆ, ਰਹਿਣਾ ਉਹਨੇ ਗਲੀ ਦੇ ਵਿੱਚ ਹੀ ਆ, ਧੋਤੀ ਬੰਨੀ ਹੁੰਦੀ ਬਜ਼ੁਰਗ ਆਦਮੀ ਮੰਜੇ 'ਤੇ ਪਿਆ। ਹੁਣ ਕੀ ਹੁੰਦਾ ਕਿ ਉਹ ਗਲੀ 'ਚੋਂ ਨਿਕਲਦੇ ਆ ਉਹ ਮੁੰਡੇ ਖੁੰਡੇ ਜਿਹੜੇ ਸਕੂਲ ਜਾਂਦੇ ਆ ਬੱਚੇ, ਹਾਂਜੀ, ਉਹ ਉਹਨਾਂ ਨੂੰ ਹੁਣ ਚਾਹੀਦੀ ਹੁੰਦੀ ਕੋਈ ਨਾ ਕੋਈ ਇਹਨਾਂ ਨੇ ਸ਼ੈਤਾਨੀ ਕਰਨੀ ਹੈ। ਹਾਂ, ਅਤੇ ਉਹ ਕੀ ਕਰਦੇ ਨੇ, ਉਹ ਸਲਾਹ ਕਰਦੇ ਕਿ ਲਓ ਜੀ, ਆ ਬਾਬਾ ਇੱਥੇ ਸਾਡਾ ਪਿਆ ਵਾ ਬਾਹਰ, ਇਹ ਉਹਨਾਂ ਨੂੰ ਆਹ ਤਕਲੀਫ ਹੁੰਦੀ ਹੈ ਕਿ ਯਾਰ ਇਹ ਬਾਹਰ ਕਿਉਂ ਪਿਆ ਗਲੀ ਦੇ ਵਿੱਚ, ਆ ਇਹ ਅੰਦਰ ਕਿਉਂ ਨਹੀਂ ਜਾਂਦਾ, ਆਪਣੀ ਬੈਠਕ ਦੇ ਵਿੱਚ ਕਿਉਂ ਨਹੀਂ ਸੌਂਦਾ, ਆ ਬਾਹਰ ਕਿਉਂ ਜਿਹੜਾ ਨਾ ਇਹ ਆ ਕੇ ਕਬਜ਼ਾ ਕਰਕੇ ਬੈਠਾ ਗਲੀ ਦੇ ਵਿੱਚ, ਉਹਨਾਂ ਨੇ ਕ੍ਰਿਕਟ ਕ੍ਰੁਕਟ ਵੀ ਖੇਡਣੀ ਹੁੰਦੀ ਹੈ ਅਤੇ ਉਹ ਜਗ੍ਹਾ ਹੀ ਕੋਈ ਨਹੀਂ, ਬਾਬਾ ਬੈਠਾ ਉਹ ਗਾਲਾਂ ਕੱਢਦਾ ਤਾਂ ਤੁਹਾਡੀ ਐਸੀ ਤੈਸੀ ਤਾਂ ਕਰਾਉਣੇ ਦੌੜ ਜਾਓ, ਬਾਬੇ ਦੀ ਮੰਜੀ ਡਿੱਠੀ ਹੈ, ਹੁੱਕਾ ਸ਼ੁੱਕਾ ਲਾ ਕੇ ਬਾਬਾ ਇੰਜੋਏ ਕਰਦਾ ਹੁੰਦਾ ਉੱਥੇ, ਉਹ ਬੜਾ ਵੱਟ ਹੁੰਦਾ ਉਹਨਾਂ ਨੂੰ ਬੱਚਿਆਂ ਨੂੰ, ਉਹ ਕਹਿੰਦੇ ਯਾਰ ਇਹਦਾ ਕੋਈ ਇਲਾਜ ਕਰੋ। ਉਹ ਵੀ ਕੀ ਕਰਦੇ ਆ, ਉਹ ਸਲਾਹ ਕਰ ਲੈਂਦੇ ਆ, ਉਹ ਫਿਰ ਆਉਂਦੇ ਜਾਂਦੇ ਨਾ ਉਹਨੂੰ ਪੁੱਛਦੇ ਆ ਕਿ ਬਾਬਾ ਜੀ ਟਾਈਮ ਕੀ ਹੋਇਆ, ਅਤੇ ਉਹ ਬਾਬਾ ਦੱਸ ਦਿੰਦਾ ਵੀ ਯਾਰ ਟਾਈਮ ਹੋਇਆ ਘੜੀ ਦੇਖ ਕੇ, ਉਹ ਦੂਜਾ ਆਉਂਦਾ ਫਿਰ ਉਹ ਵੀ ਪੁੱਛਦਾ ਕਿ ਬਾਬਾ ਟਾਈਮ ਕੀ ਹੋਇਆ। ਹਾਂ, ਉਹ ਬਾਬਾ ਨੇ ਥੋੜ੍ਹਾ ਜਿਹਾ ਨਾ ਵੱਟ ਚੜ੍ਹਦਾ ਰੱਖਿਆ, ਫਿਰ ਟਾਈਮ ਦੱਸ ਦਿੰਦਾ, ਉਹ ਲੈਣ ਲੱਗ ਜਾਂਦੀ ਹੈ, ਮੁੱਕਦੇ ਹੀ ਨਹੀਂ ਗਏ। ਹਾਂ, ਉਹ ਬਾਬਾ ਕਹਿੰਦਾ ਯਾਰ ਇਹ ਕੀ ਜਿਹੜਾ ਨਾ, ਬਾਬਾ ਇੱਕਦਮ ਚੁੱਪ ਕਰਦੇ ਗਾਲਾਂ ਕੱਢਦਾ ਉਹਨੂੰ, ਚਲੋ ਨਿਕਲੋ। ਉਹ ਫਿਰ ਬੱਚਿਆਂ ਨੂੰ ਆਉਂਦੇ ਜਾਂਦੇ ਕਹਿੰਦੇ ਆ ਬਾਬਾ ਟਾਈਮ ਪੀਸ। ਹਾਂ, ਬਸ ਇਹ ਉਹ ਬਾਬਾ ਫਿਰ ਡਾਂਗ ਚੁੱਕਦਾ ਆਪਣੀ, ਹਾਂ, ਉਹ ਫਿਰ ਪਿੱਛੇ ਭੱਜਦਾ ਮੁੰਡਿਆਂ ਦੇ, ਉਹ ਮੁੰਡੇ ਨਿਕਲ ਜਾਂਦੇ ਨੇ, ਉਹ ਫਿਰ ਰੋਜ਼ ਦਾ ਮਾਮੂਲ, ਹਰ ਆਉਂਦਾ ਜਾਂਦਾ ਉਹਨੂੰ ਕਹਿੰਦਾ ਕਿ ਚਾਚਾ ਟਾਈਮ ਪੀਸ, ਬਾਬਾ ਟਾਈਮ ਪੀਸ, ਬਾਬਾ ਟਾਈਮ ਕੀ ਹੋਇਆ। ਹਾਂ, ਉਹ ਬਾਬਾ ਪਿੱਛੇ, ਹੁਣ ਉਹ ਬਾਬਾ ਆ ਜਾਂਦਾ ਤੰਗ, ਹਾਂ, ਉਹ ਬੱਚੇ ਹਟਦੇ ਨਹੀਂ ਗਏ ਰੋਜ਼, ਉਹ ਫਿਰ ਤੰਗ ਆ ਕੇ ਨਾ ਉਹ ਕਹਿੰਦਾ ਯਾਰ ਇਹਨਾਂ ਨੇ ਨਹੀਂ ਹਟਣਾ। ਹਾਂ, ਬਾਬਾ ਥੱਕ ਵੀ ਜਾਂਦਾ ਪਿੱਛੇ ਦੌੜ ਦਿਓ, ਕਿੰਨਾ ਕੁ ਦੌੜੇਗਾ, ਹਾਂ, ਜਿਵੇਂ ਕੰਪਨੀ ਨਹੀਂ ਦੌੜਨ ਦੀ ਪਿੱਛੇ, ਹਾਂ, ਇਹਨੂੰ ਵੀ ਫੜ ਲਓ, ਉਹਨੂੰ ਵੀ ਚੁੱਕ ਲਓ, ਉੱਥੇ ਵੀ ਡਾਲਾ ਭੇਜੋ, ਹਾਂ, ਐ ਲਿਸਟਾਂ ਕੱਢ ਦਿਓ, ਐ ਜਿਹੋ ਦਾ ਵੀ ਨਾਂ ਪਾਓ, ਹਾਂਜੀ, ਅਤੇ ਉਹ ਸਾਰਾ ਉਹੀ ਨਾ ਬਾਬਾ ਪਿੱਛੇ ਦੌੜ ਦੌੜ ਕੇ ਥੱਕ ਜਾਂਦਾ, ਫਿਰ ਉਹ ਕੀ ਕਰਦਾ, ਫਿਰ ਉਹ ਆਪਣੀ ਮੰਜੀ ਚੁੱਕ ਕੇ ਅਤੇ ਅੰਦਰ ਲੈ ਜਾਂਦਾ, ਉਹ ਕਹਿੰਦਾ ਨਹੀਂ ਬਈ ਇਹਨਾਂ ਨਾਲ ਮੱਥਾ ਨਹੀਂ ਲਾਇਆ ਜਾ ਸਕਦਾ। ਬਾਬਾ ਸਮਝਦਾਰ ਹੁੰਦਾ, ਕੋਸ਼ਿਸ਼ ਕਰ ਲੈਂਦਾ, ਮੰਜੀ ਚੁੱਕ ਕੇ ਅੰਦਰ ਲੈ ਜਾਂਦਾ, ਉਹ ਫਿਰ ਬੱਚੇ ਖੁਸ਼ ਹੋ ਜਾਂਦੇ, ਉੱਥੇ ਫਿਰ ਕ੍ਰਿਕਟ ਕ੍ਰੁਕਟ ਖੇਡਦੇ ਨੇ, ਮਜ਼ੇ ਕਰਦੇ ਨੇ। ਹਾਂ, ਅਤੇ ਉਹ ਇਹੀ ਹਿਸਾਬ ਹੁਣ ਕੰਪਨੀ ਦਾ ਹੋਇਆ ਪਿਆ, ਕਿਉਂਕਿ ਕੰਪਨੀਆਂ ਆਪਣੀਆਂ ਬੈਰਕਾਂ 'ਚੋਂ ਨਿਕਲ ਕੇ ਉਹਨਾਂ ਨੇ ਕਬਜ਼ਾ ਕਰ ਲਿਆ ਮੁਲਕ 'ਤੇ, ਹਾਂ, ਬਾਹਰ ਆਪਣੀ ਮੰਜੀ ਲਾ ਲਈ, ਉਹਨੇ ਪੂਰੇ ਮੁਲਕ 'ਚ ਆਪਣੀ ਮੰਜੀ ਲਾ ਲਈ ਆ। ਹਾਂ, ਹੁਣ ਜਿਹੜੇ ਮੁੰਡੇ ਖੁੰਡੇ ਨੇ, ਹਾਂ, ਵਿੱਚ ਚਲੋ ਸਾਡੇ ਵਰਗੇ ਵੀ ਸ਼ੁਮਾਰ ਕਰ ਲਓ, ਹਾਂਜੀ, ਅਤੇ ਉਹ ਫਿਰ ਹੁਣ ਅਸੀਂ ਛੇੜ ਰਹੇ ਹਾਂ ਕੰਪਨੀ ਨੂੰ ਕਿ ਬਾਬਾ ਟਾਈਮ ਕੀ ਆਇਆ, ਕੰਪਨੀ ਹੁਣ ਪਿੱਛੇ ਆ ਰਹੀ ਹੈ, ਹਾਂਜੀ, ਉਹ ਥੱਕ ਗਈ ਹੈ ਕੰਪਨੀ, ਹੁਣ ਬੇੜੇ ਗਰਕ ਹੋ ਗਏ ਨੇ ਕੰਪਨੀ ਦੇ, ਕੰਪਨੀ ਥੱਕ ਗਈ ਹੈ। ਹਾਂ, ਅਤੇ ਕੰਪਨੀ ਵਾਲੇ ਜਿਹੜੇ ਨੇ ਨਾ ਉਹ ਹੁਣ ਸੋਚ ਰਹੇ ਨੇ ਕਿ ਲਓ ਜੀ ਮੰਜਾ ਚੁੱਕੋ ਅਤੇ ਵਾਪਸ ਅੰਦਰ ਜਾਓ, ਬੈਰਕਾਂ 'ਤੇ ਜਾਓ, ਹਾਂ, ਇੱਥੇ ਸਾਡਾ ਜੀਣਾ ਹਰਾਮ ਕਰ ਦੇਣਗੇ, ਇਹ ਨਾ ਫੜੇ ਜਾਂਦੇ ਨੇ, ਨਾ ਇਹਨਾਂ ਦੀਆਂ ਆਵਾਜ਼ਾਂ ਬੰਦ, ਤਸ਼ੱਦਦ ਕਰਕੇ ਵੀ ਦੇ ਲਿਆ, ਡੰਡੇ ਚਲਾ ਕੇ ਵੀ ਦੇ ਲਏ, ਡਾਲੇ ਭੇਜ ਕੇ ਦੇ ਲਏ, ਸਾਰਾ ਕੁਛ ਕਰਕੇ ਦੇ ਲਿਆ, ਜਿੱਦਾਂ ਹੀ ਇੱਕ ਪ੍ਰੈਸ ਕਾਨਫਰੰਸ ਹੁੰਦੀ ਆ, ਹਾਂ, ਇਹ ਨਿਕਲਦੇ ਆ ਮੱਖੀਆਂ ਜਿਵੇਂ ਛੱਤੇ 'ਚ ਨਹੀਂ ਨਿਕਲਦੀਆਂ,
ਐਸੀ ਦੀ ਤੈਸੀ ਫੇਰ ਕਰਾ ਦਿੰਦੇ ਆ। ਉਹ ਬੜਾ ਬੇੜਾ ਗਲਤ ਕੀਤਾ ਕੰਪਨੀ ਦੇ ਵਿੱਚ। ਜਦੋਂ ਕੰਪਨੀ ਨੂੰ ਮੇਰਾ ਖਿਆਲ ਹੈ ਕਿ ਅਹਿਸਾਸ ਹੋ ਰਿਹਾ ਕਿ ਵੀ ਆਪਣਾ ਮੰਜਾ ਚੁੱਕੋ, ਹੁੱਕਾ ਪਾਣੀ ਚੁੱਕੋ ਅਤੇ ਵਾਪਸ ਜਾਓ। ਔਰ ਬੜੀ ਜਲਦੀ ਤੁਸੀਂ ਦੇਖੋਗੇ ਕਿ ਸਾਰਾ ਕੰਪਨੀ ਜਿਹੜੀ ਨਾ ਆਪਣਾ ਮੰਜਾ ਮੰਜਾ ਚੁੱਕ ਕੇ ਵਾਪਸ ਜਾ ਰਹੇ ਆ, ਕਿਉਂਕਿ ਇਹ ਮੁਬਾਰਕਾਂ ਨੇ ਸੋਸ਼ਲ ਮੀਡੀਆ ਨੂੰ। ਹਾਂਜੀ, ਸ਼ੈਤਾਨੀ ਮੀਡੀਆ ਨੂੰ, ਆਹ ਜਿਹੜੇ ਸ਼ੈਤਾਨ ਨੇ ਨਾ ਮੀਡੀਆ ਦੇ। ਹਾਂ ਚਲੋ, ਮੈਨੇ ਵੀ ਸ਼ਾਮਿਲ ਕਰ ਲਏ ਵਿੱਚ। ਹਾਂਜੀ, ਅਤੇ ਉਹਨਾਂ ਨੇ ਕੰਪਨੀ ਦਾ ਜਿਹੜਾ ਨਾ ਉਹ ਬੁਰਾ ਹਾਲ ਕਰਕੇ ਰੱਖ ਦਿੱਤਾ। ਅਤੇ ਇਹ ਹੁਣ ਤੁਹਾਨੂੰ ਸਮਝ ਲੱਗ ਗਈ ਕਿ ਕੰਪਨੀ ਹੁਣ ਆਪਣਾ ਮੰਜੀ ਬਿਸਤਰਾ ਚੁੱਕ ਕੇ ਅਤੇ ਜਾਣ ਵਾਲੀ ਹੈ। ਅਤੇ ਦੂਜੀ ਗੱਲ ਜਨਾਬ, ਇਹ ਵੇਖ ਕੇ ਜਿਹੜੇ ਆਪਣਾ ਉਹ ਹੈਗੇ ਨੇ ਲੋਟੇ ਲਿਫਾਫੇ, ਹਾਂਜੀ, ਜਿਹੜੇ ਕਿ ਕੰਪਨੀ ਦੇ ਚਮਚੇ, ਉਹ ਵੀ ਘਬਰਾਏ ਪਏ ਨੇ ਹੁਣ। ਉਹਨਾਂ ਦਾ ਵੀ ਬੇੜਾ ਗਰਕ ਹੋਇਆ, ਕਿਉਂਕਿ ਜਿੱਦਾਂ ਹੀ ਇਹ ਰਜੀਮ ਚੇਂਜ ਹੋਈ, ਇਹਨਾਂ ਨੂੰ ਉਹਨਾਂ ਨੇ ਦਿੱਤਾ ਤੁਸੇ ਕਿ ਅਸੀਂ ਆ ਗਏ ਹਾਂ, ਹਾਂ ਅਸੀਂ ਮੰਜਾ ਡਾਲਿਆ ਗਲੀ ਦੇ ਵਿੱਚ, ਹਾਂਜੀ, ਹੁਣ ਕੋਈ ਰੌਲਾ ਨਹੀਂ, ਹਾਂ ਤੁਸੀਂ ਸਾਡੇ ਨਾਲ ਹੋ, ਲਿਖੋ, ਖੱਪ ਪਾਓ ਉਹ ਜਿਹੜੇ ਲੋਟੇ ਲਿਫਾਫੇ ਲੌਂਡੇ ਲਪਾੜੇ ਵਰਗੇ, ਹਾਂ ਇਹੋ ਜਿਹੇ ਬਗੈਰਤ, ਇਹੋ ਜਿਹੇ ਨਸਲੀ, ਮੈਂ ਕਹਿਣ ਤਾਂ ਕੁਛ ਹੋਰ ਲੱਗਾ ਵਾ, ਲੇਕਿਨ ਚਲੋ ਖੈਰ ਕੋਈ ਗੱਲ ਨਹੀਂ, ਲੈਣ ਦਿੰਦੇ ਹਾਂ। ਹਾਂਜੀ, ਅਤੇ ਇਹੋ ਜਿਹੇ ਬਗੈਰਤ ਜਿਹੜੇ ਨੇ ਨਾ ਲਿਫਾਫੇ, ਉਹ ਬੜੇ ਖੁਸ਼ ਹੋਏ ਜੀ, ਉਹਨਾਂ ਨੇ ਬੜੀਆਂ ਧਮਾਲਾਂ ਪਾਈਆਂ, ਔਰ ਨਾਲ ਨਾਲ ਕਿ ਆਵੇ ਹੀ ਆਵੇ ਹੁਣ ਤਾਂ ਖਤਮ ਹੋ ਗਿਆ ਖਾਨ ਖਤਮ ਸ਼ੁੱਧ, ਹਾਂ ਖਾਨ ਇਹ ਯਾਦ ਹੈ ਉਹ ਚੁੰਮੀ ਗਰੀਦਾ ਚੁੰਮੀ, ਹਾਂ ਉਹ ਬਾਬੇ ਕਹਿੰਦੇ ਯਾਰ ਚੁੰਮੀ ਨਾਲ ਕਦੀ ਮੁਲਾਕਾਤ ਕਰਾਵਾਂ, ਮੈਂ ਬਾਬੇ ਜੀ ਇੰਨਾ ਮਾਫ ਕਰੇ, ਮੈਂ ਕਾਹਤੀ ਤੁਹਾਡੀ ਮੁਲਾਕਾਤ ਕਰਾਵਾਂ, ਦੋ ਨੰਬਰ ਕਿਸਮ ਦੀ ਚੁੰਮੀ ਆ, ਹਾਂ ਤੁਸੀਂ ਕੀ ਕਰਨਾ? ਬਾਬੇ ਕਹਿੰਦੇ ਮੈਂ ਕੀ ਕਰਨਾ, ਚੁੰਮੀ ਚੁੰਮੀ ਨਹੀਂ ਕਰਨਾ, ਮੈਂ ਬਾਬਾ ਜੀ ਖੁਦਾ ਦਾ ਖੌਫ ਕਰੇ ਯਾਰ, ਬਾਬੇ ਕਹਿੰਦੇ ਹੋਰਾਂ ਨੂੰ ਤਾਂ ਦਿੰਦੀ ਫਿਰਦੀ ਹੈ, ਹਾਂ ਮੁਫਤ ਦੇ ਵਿੱਚ, ਮੈਂ ਕਹਿੰਦੀ ਮੁਫਤ 'ਚ ਨਹੀਂ ਬਾਬਾ ਜੀ, ਹਾਂ ਗੁਸਾਬ ਤਾਬ ਕੋਈ ਹੋਰ ਆਉਂਦਾ, ਹਾਂ ਤੁਹਾਡੇ ਤੁਸੀਂ ਵਿਹਲੇ ਹੋ ਜਾਓਗੇ, ਬੇੜਾ ਗਰਕ ਤੁਹਾਡਾ ਕਰਕੇ ਨਿਕਲ ਜਾਏਗੀ, ਅਸੀਂ ਕਹਿੰਦੇ ਉਹ ਹੈਡਰਾਂ ਦੀ ਚੁੰਮੀ, ਚੁੰਮੀ ਵਰਗੀ, ਔਰ ਦੂਜੇ ਲੌਂਡੇ ਲਪਾੜੇ, ਔਰ ਜਿਹੜੇ ਤੁਸੀਂ ਕਹਿ ਲਓ ਮੁਨਾਫਿਕ ਆਜ਼ਮ, ਜਿੰਨੇ ਵੀ ਨੰਗੇ ਹੋ ਗਏ, ਜਿੰਨੇ ਵੀ ਛੁਪੇ ਹੋਏ ਵੀ ਸੀ ਨਾ, ਉਹ ਵੀ ਨੰਗੇ ਹੋ ਗਏ ਸਾਰੇ ਬਗੈਰਤ, ਉਹ ਜਿਵੇਂ ਹੀ ਉਹ ਨੰਗੇ ਹੋਏ ਨੇ, ਹਾਂਜੀ ਹੁਣ ਉਹਨਾਂ ਨੂੰ ਪਤਾ ਲੱਗਿਆ ਕਿ ਲਓ ਜੀ ਕੰਪਨੀ ਤਾਂ ਡੁੱਬੀ ਹੈ ਅਤੇ ਨਾਲ ਸਾਨੂੰ ਵੀ ਲੈ ਡੁੱਬੇਗੀ। ਹੁਣ ਉਹ ਆਖਰੀ ਕੋਸ਼ਿਸ਼ ਕਰ ਰਹੇ ਨੇ ਆਪਣੀ ਕਿ ਕਿਸੇ ਤਰੀਕੇ ਨਾਲ ਜਿਹੜਾ ਨਾ ਉਹ ਖਾਨ ਸਾਹਿਬ ਨੂੰ ਮਨਾ ਲਿਆ ਜਾਏ, ਕਿ ਵੀ ਡੀਲ ਡੂਲ ਕਰ ਲਵੋ ਅਤੇ ਲੋਟੇ ਲਿਫਾਫੇ ਵੀ ਬਚ ਜਾਣ, ਜਿਵੇਂ ਤੁਹਾਨੂੰ ਪਤਾ ਕਿ ਜਿੱਦਾਂ ਚੰਗੜ ਜਿਹੜਾ, ਹਾਂਜੀ ਜਿੱਦਾਂ ਕੰਜਰ ਹੈ ਚੰਗੜ, ਪਤਾ ਨਹੀਂ ਇਹੋ ਜਿਹਾ ਇੱਕ ਨਾਮ ਹੈ, ਚਲੋ ਜਿਹੜਾ ਵੀ ਜੋ ਸਮਝੇ, ਹਾਂ ਹੈ ਜਿੱਦਾਂ ਜਿੱਦਾਂ ਚੰਗੜ ਕਹਿ ਲਓ ਉਹਨੂੰ, ਦਵਾਈਆਂ ਵਾਲਾ, ਉਹ ਮਰਦਾਨਾ ਦਵਾਈਆਂ ਦਵਾਈਆਂ, ਉਹ ਹੁਣ ਕਹਿ ਰਿਹਾ ਕਿ ਜੀ ਇਮਰਾਨ ਖਾਨ ਆਪਣੀ ਜ਼ਿੱਦ ਦੇ ਵਿੱਚ ਜਿਹੜਾ ਨਾ ਉਹ ਰਾਖ ਹੋ ਜਾਏਗਾ ਜਲ ਕੇ, ਹਾਂ ਅਗਰ ਇਹਨੇ ਮਤਲਬ ਜ਼ਿੱਦੀ ਹੈ ਕਿ ਉਹ ਜਿਹੜਾ ਨਾ ਮੰਨ ਨਹੀਂ ਰਿਹਾ, ਦਿਲ ਨਹੀਂ ਕਰ ਰਿਹਾ, ਹਾਂ ਇਹ ਹੁਣ ਤੁਸੀਂ ਕਹਿ ਲਓ ਕਿ ਜਿੱਦ ਨੂੰ ਕੀ ਜ਼ਰੂਰਤ ਪੈ ਗਈ ਹੈ, ਦੇਖੋ ਜਿੱਦ ਦੀ ਦਵਾਈਆਂ ਦੀ ਦੁਕਾਨ ਹੈ, ਹਾਂ ਉਹ ਦਵਾਈਆਂ ਜਿਹੜੀਆਂ ਨੇ ਨਾ ਸਾਰੀ ਸਾਰਾ ਕੰਪਨੀ ਇਹਦੇ ਕੋਲ ਖਰੀਦੀ ਹੈ ਦਵਾਈਆਂ, ਹੋਰ ਕੋਈ ਖਰੀਦ ਨਹੀਂ, ਕਿਉਂਕਿ ਦਵਾਈਆਂ ਦੀਆਂ ਐਸੀਆਂ ਕੁੱਤੇ ਮਾਰ ਦਵਾਈ ਹੈ ਇਹਦੀ, ਹਾਂਜੀ ਉਹ ਕੋਈ ਨਾਰਮਲ ਬੰਦੇ ਤਾਂ ਖਰੀਦ ਨਹੀਂ ਸਕਦੇ, ਕਿ ਇਹਦਾ ਉਹ ਫਿਰ ਕੰਪਨੀ ਦਾ ਇਹਦਾ ਮਾਹਿਦਾ ਕਿ ਕੰਪਨੀ ਵਾਲਿਆਂ ਨੂੰ ਉਹ ਦਵਾਈ ਬੜੀ ਮਾਫਕ ਹੈ ਜਿੱਦੇ ਦੀ, ਉਹ ਲੈ ਲੈਂਦੇ ਨੇ ਇਹਦੇ ਕੋਲ, ਉਹ ਲੈ ਕੇ ਅਤੇ ਫਿਰ ਟਰਾਈ ਕਰਦੇ ਨੇ, ਹਾਂ ਤੁਸੀਂ ਕਹੋਗੇ ਯਾਰ ਕਿੱਥੇ ਟਰਾਈ, ਬਈ ਉਹਦੇ ਕੋਲ ਬਹੁਤ ਚੀਜ਼ਾਂ ਨੇ ਟਰਾਈ ਕਰਨ ਵਾਸਤੀਆਂ, ਹਾਂ ਅਤੇ ਉਹ ਟਰਾਈ ਟਰੂਈ ਕਰਦੇ ਰਹਿੰਦੇ ਨੇ ਅਤੇ ਉਹ ਖਰੀਦਦੇ ਰਹਿੰਦੇ ਨੇ, ਉਹ ਤਾਂ ਇਹਨੂੰ ਇਹ ਕਿ ਬਈ ਉਹ ਮਾਈ ਬਾਪ ਕਹਿ ਰਹੇ ਨੇ ਕਿ ਜੀ ਜ਼ਿੱਦ ਛੱਡ ਦਿਓ ਅਤੇ ਖਾਨ ਸਾਹਿਬ ਜ਼ਿੱਦ ਛੱਡ ਦਿਓ, ਹਾਂਜੀ ਅਤੇ ਬਾਬਾ ਜੀ ਫਰਮਾ ਰਹੇ ਸੀ ਕਿ ਯਾਰ ਖਾਨ ਨੇ ਤਾਂ ਜ਼ਿੱਦ ਨਹੀਂ ਛੱਡਣੀ, ਇਹ ਜ਼ਿੱਦ ਨੂੰ ਮੇਰੇ ਵੱਲ ਭੇਜ, ਉਹਨੂੰ ਕਹਾ ਬਾਬਾ ਜੀ ਨੂੰ ਬਹੁਤ ਜ਼ਰੂਰਤ ਹੈ ਦਵਾਈ ਦੀ, ਮੈਂ ਬਾਬਾ ਜੀ ਤੁਹਾਨੂੰ ਦਵਾਈ ਦੀ ਕੀ ਜ਼ਰੂਰਤ ਪੈ ਗਈ, ਬਾਬਾ ਜੀ ਕਹਿੰਦੇ ਵੀ ਇਸ ਉਮਰ 'ਚ ਪੈ ਹੀ ਜਾਂਦੀ ਹੈ, ਮੈਂ ਬਾਬਾ ਜੀ ਮੈਂ ਤਾਂ ਸੁਣਿਆ ਸੀ ਕਿ ਉਹ ਪੁਰਾਣੇ ਬੰਦੇ ਬੜੀਆਂ ਖੁਰਾਕਾਂ ਖੁਰਾਕਾਂ ਖਾਧੀਆਂ ਉਹਨਾਂ ਨੇ, ਹਾਂ ਉਹ ਬੜੇ ਤਗੜੇ ਹੁੰਦੇ ਨੇ, ਬਾਬਾ ਜੀ ਕਹਿੰਦੇ ਗੱਲਾਂ ਹੀ ਬਣੀਆਂ ਨੇ ਯਾਰ, ਹਾਂ ਕਿੱਥੇ ਤਗੜੇ ਕਾਹਦੀਆਂ ਖੁਰਾਕਾਂ,
ਹਾਂ ਪਾਣੀ ਮਿਲਿਆ ਦੁੱਧ ਛੱਪੜ ਦਾ, ਹਾਂ ਜੋ ਚੀਜ਼ ਚੁੱਕ ਲਓ, ਇੱਟ ਆਪਣਾ ਇੱਟਾਂ ਮਿਲੀਆਂ ਮਿਰਚਾਂ ਦੇ ਵਿੱਚ, ਹਾਂ ਬਾਬਾ ਜੀ ਕਹਿੰਦੇ ਕੀ ਰਹਿ ਜਾਂਦੀ ਸਿਹਤ ਵੀ ਲੋੜ ਪੈ ਹੀ ਜਾਂਦੀ ਹੈ। ਅਤੇ ਉਹਨੂੰ ਜਦੋਂ ਜਿੱਦਣ ਨੂੰ ਮੈਸੇਜ ਕਹੀ ਬਾਬਾ ਜੀ ਨੂੰ ਦਵਾਈ ਦੇ ਆਵੇ ਜਾ ਕੇ, ਮੈਂ ਕਿਹਾ ਬਾਬਾ ਜੀ ਉਹ ਦੇ ਤਾਂ ਆਏਗਾ ਤੁਹਾਨੂੰ ਦਵਾਈ, ਹਾਂ ਉਹਦੇ ਪੈਸੇ ਪੂਸੇ ਵੀ ਤੁਸੀਂ ਦੇ ਦਿਓਗੇ, ਲੇਕਿਨ ਟੈਸਟ ਕਿੱਥੇ ਕਰਨੀ ਹੈ, ਮਸਲਾ ਤਾਂ ਹੈ, ਹਾਂ ਦਵਾਈ ਉਹ ਦੇ ਜਾਏਗਾ ਤੁਹਾਨੂੰ, ਤੁਸੀਂ ਖਾ ਵੀ ਲਓਗੇ, ਕੰਨਾਂ 'ਚ ਟੱਕਰਿਆਂ ਮਾਰਦੇ ਫਿਰੋਗੇ ਬਾਬਾ ਜੀ ਤੁਸੀਂ। ਬਾਬਾ ਜੀ ਕਹਿੰਦੇ ਨਹੀਂ, ਕਹਿੰਦਾ ਕੁੰਨਾ ਜੀ ਗੱਲ, ਬਾਬਾ ਜੀ ਕਹਿੰਦੇ ਡਿਪਟੀ ਨਾਲ ਮੈਂ ਗੱਲ ਕਰ ਲਈ ਹੈ, ਡਿਪਟੀ ਤੇ ਡਿਪਟੀ ਦੇ ਸਮਾਂ ਬਾਬੇ ਕਹਿੰਦੇ ਨਹੀਂ ਖੁਦਾ ਦਾ ਖਾਸਤਾ, ਹਾਂ ਤੂੰ ਸਟਾਕ ਮਾਰਕੀਟ ਦਾ ਬੇੜਾ ਗਲਤ ਕਰਾਉਣਾ ਚਾਹੁੰਦਾ ਮੇਰੇ। ਅਤੇ ਬਾਬੇ ਕਹਿੰਦੇ ਉਹ ਡਾਲਰ ਲਿਆਊਗਾ ਅਤੇ ਡੁੱਬ ਛੱਡ ਜਾਊਗਾ, ਬਾਬਾ ਡਿਪਟੀ ਹੈ ਲਿਆ ਡਾਲਰ।